वाहिगुरु जी का खालसा, वाहिगुरु जी की फतेह। पिछले दिन जदों सुप्रीम कोर्ट का फैसला आया, उदो भी असीं कहा सी भई इह फैसला सिख भावनावां दे अनुकूल नहीं होया ते साडे नाल न्याय नहीं होया। ते उदो भी इह गल चलदी सी कि हरियाणा सरकार ने इह जिहड़ी कमेटी आ ਉਹ ਸਰਕਾਰੀ ਤੌਰ ਤੇ ਰਿਸਪੋਂਸ ਕਰਨੀ ਆ, ਜਿਹਦੀ ਅੱਜ ਕੋਲੈਬੋਰੇਸ਼ਨ ਹੋ ਗਈ ਆ। ਕਿਉਂਕਿ ਕੁਝ ਸਮਾਂ ਪਹਿਲਾਂ ਹਰਿਆਣਾ ਸਰਕਾਰ ਨੇ ਗਵਰਨਰ ਹਰਿਆਣਾ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਈ ਸੀ, ਜਿਹਦੇ ਵਿੱਚ 38 ਮੈਂਬਰ ਅਡਹੋਕ ਕਮੇਟੀ ਦੇ ਸਰਕਾਰ ਵੱਲੋਂ ਨੋਮੀਨੇਟ ਕੀਤੇ ਕਰਨੇ ਜਾ ਸੀਗੇ ਅਤੇ ਉਹਨਾਂ 18 ਦੇ ਵਿੱਚੋਂ ਚੋਣ ਕਰਵਾ ਕੇ ਫਿਰ ਅਗਲੀ ਜੇ ਚੋਣ 18 ਮਹੀਨਿਆਂ 'ਚ ਹੋ ਜਾਏ ਠੀਕ ਹੈ, ਨਹੀਂ ਤਾਂ ਫਰਦ 18 ਮਹੀਨੇ ਦੇ ਵਿੱਚ ਫਿਰ ਸਰਕਾਰੀ ਉਹ ਨੋਮੀਨੇਟ ਮੈਂਬਰ ਕਰਕੇ ਅਹੁਦੇਦਾਰ ਚੁਣੇ ਜਾਣੇ ਸੀ। ਪਰ ਅੱਜ ਇਹ ਗੱਲ ਪ੍ਰੂਵ ਹੋ ਗਈ ਜਿਹੜੀ ਅਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਕਰ ਰਹੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਰਨ ਦਾ ਇੱਕ ਜਿਹੜਾ ਬੜਾ ਵੱਡਾ ਕੋਝਾ ਜ਼ਖਮ ਜਾਰੀ ਆ ਉਹ ਅੱਜ ਸਾਬਤ ਹੋ ਗਿਆ। ਕਿਉਂਕਿ ਕੱਲ੍ਹ ਸਰਦਾਰ ਜਗਦੀਸ਼ ਸਿੰਘ ਝੀਂਡਾ ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਕੇ 2 ਦਿਨ ਪਹਿਲਾਂ ਮਿਲੇ ਸੀ, ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕੀਤੀ ਸੀ ਤਸਨੀਮ ਕਿ ਮੈਂਬਰ ਬਹੁਤ ਸਾਰੇ ਬਹੁਤਾਤ ਦੇ ਵਿੱਚ RSS ਸਪੌਂਸਰ ਹੋ। ਸੋ ਉਹ ਗੱਲ ਕੱਲ੍ਹ ਪ੍ਰੂਵ ਹੋ ਗਈ ਸੀ, ਉਹਨਾਂ ਨੇ ਸ਼ਰੇਆਮ ਇਹ ਐਲੀਗੇਸ਼ਨ ਲਾਏ ਸੀ। ਔਰ ਅੱਜ ਬੜੀ ਵੱਡੀ ਇੱਕ ਗਲਤੀ ਮੈਂ ਕਹਿ ਸਕਦਾ, ਕਦੇ ਵੀ ਚਾਹੇ ਛੋਟੇ ਗੁਰਦੁਆਰੇ ਦੇ ਅਹੁਦੇਦਾਰਾਂ ਦੀ ਚੋਣ ਹੋਵੇ ਚਾਹੇ ਵੱਡਿਆਂ ਦੀ ਹੋਵੇ, ਅਤੇ ਖਾਸ ਕਰਕੇ ਜਿਹੜੇ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੀ ਪਰੰਪਰਾ ਆ ਵੀ ਗੁਰੂ ਘਰ ਜਾ ਕੇ ਸਤਿਗੁਰੂ ਜੀ ਦੀ ਹਾਜ਼ਰ ਨਾਜ਼ਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ਮਾਨ ਕਰਕੇ ਅਤੇ ਫਿਰ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਉਹਦੀ ਚੋਣ ਹੁੰਦੀ। ਪਰ ਅੱਜ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਪ੍ਰਕਿਰਿਆ ਇਹਨਾਂ ਨੇ ਅੱਜ ਸਾਰੀ ਜਿਹੜੀ ਆ ਉਹ ਖਤਮ ਕਰ ਦਿੱਤੀ। ਅੱਜ ਜਿਹੜੀ ਚੋਣ ਹੋਈ ਆ ਅਹੁਦੇਦਾਰਾਂ ਦੀ ਇਹ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਹੋਈ ਆ, ਜਿਹੜੀ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਦੀ ਬੜੀ ਵੱਡੀ ਉਲੰਘਣਾ ਆ। ਅਤੇ ਇਹ ਵੀ ਗੱਲ ਅੱਜ ਦਰਸਾਉਂਦੀ ਆ ਕਿ ਇਹ ਸਿੱਖਾਂ ਦੀ ਚੁਣੀ ਹੋਈ ਬਾਹਰ ਸੰਸਥਾ ਨਹੀਂ, ਇਹ ਕੇਵਲ ਤਾਂ ਕੇਵਲ ਸਰਕਾਰ ਦੀ ਚੁਣੀ ਹੋਈ ਸੰਸਥਾ ਆ। ਇਸ ਕਰਕੇ ਅੱਜ ਚੋਣ ਸ਼ੁਰੂ ਹੋਣ ਤੋਂ ਬਾਅਦ ਸਰਦਾਰ ਬਲਜੀਤ ਸਿੰਘ ਜੀ, ਸੰਤ ਬਲਜੀਤ ਸਿੰਘ ਜੀ ਦਾਦੂਵਾਲ ਵੱਲੋਂ ਬਾਈਕਾਟ ਕਰ ਦੇਣਾ, ਉਹ ਵੀ ਇਹ ਗੱਲ ਦਰਸਾਉਂਦਾ ਕਿ ਹਰਿਆਣਾ ਕਮੇਟੀ ਜਿਹੜੀ ਆ ਉਹਦੀ ਕਿੱਥੇ ਤੱਕ ਕਿਸ ਤਰਜ ਤੱਕ ਸਰਕਾਰੀਕਰਨ ਹੋਇਆ ਉਹ ਅੱਜ ਪ੍ਰੂਵ ਹੋ ਗਿਆ। ਸੋ ਮੈਂ ਇਹਨੂੰ ਮੁੰਡੋ ਹੀ ਰੱਦ ਕਰਨਾ। ਕੱਲ੍ਹ ਵੀ ਮੈਂ ਕੁਰਕਸ਼ੇਤਰ ਉੱਥੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਹਾਲੇ ਵੀ ਚੀਫ ਮਿਨਿਸਟਰ ਹਰਿਆਣਾ ਇਸ ਗੱਲ ਦੀ ਤਸਦੀਕ ਕਰਨ ਕਿ ਸਰਕਾਰੀ ਨਹੀਂ ਤਾਂ ਫਿਰ ਇਹਦੀ ਚੋਣ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਜਾਵੇ। ਪਰ ਅੱਜ ਇਹ ਚੋਣ ਜਿਹੜੀ ਆ ਉਹ ਸਰਕਾਰੀ ਪੈਮਾਨੇ 'ਤੇ ਹੋਈ ਆ ਅਤੇ ਮੈਂ ਸਮਝਦਾ ਲੰਮੇ ਸਮੇਂ ਤੋਂ ਜਿਹੜਾ ਆਪਾਂ ਰੋਜ਼ ਕਹਿ ਰਹੇ ਸੀਗੇ ਕਿ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਰਕਾਰ ਦੀ ਆ ਅਤੇ ਅੱਜ ਉਹ ਪ੍ਰੂਵ ਹੋ ਗਈ। ਉਹ ਤੋਂ ਪਹਿਲਾਂ ਜਦੋਂ ਮੈਂਬਰ ਨੋਮੀਨੇਟ ਹੋਏ ਉਹਨਾਂ ਦੀ ਜਿਹੜੀ ਪਹਿਲੀ ਮੀਟਿੰਗ ਸੀ ਉਹ ਹਰਿਆਣਾ ਮੁੱਖ ਮੰਤਰੀ ਦੇ ਲਾਉਣ ਦੇ ਵਿੱਚ ਹੋਈ ਅਤੇ ਉਸੇ ਦਿਨ ਤੋਂ ਬਾਅਦ ਝੀਂਡਾ ਸਾਹਿਬ ਨੇ ਫਿਰ ਇਹ ਆ ਕੇ ਪ੍ਰੂਵ ਵੀ ਕਰ ਦਿੱਤਾ ਸੀ ਕਿ ਇਹਨਾਂ ਦੇ ਵਿੱਚ ਬਹੁਤਾਤ ਜਿਹੜੀ ਆ ਉਹ RSS ਦੇ ਸਪੌਂਸਰਡ ਮਲ ਮੈਂਬਰ ਹਰਿਆਣਾ ਕਮੇਟੀ ਆ। ਸੋ ਜਿਹੜੀ ਉਹ ਅੱਜ ਗੱਲ ਪ੍ਰੂਵ ਹੋ ਗਈ ਆ। ਸੋ ਮੈਂ ਸਮਝਦਾ ਹਾਲੇ ਵੀ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕਰਦਾ ਕਿ ਜਿਵੇਂ ਝੀਂਡਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਉਹਨਾਂ ਨੇ ਜਥੇਦਾਰ ਸਾਹਿਬ ਪਾਸ ਆਪਣਾ ਵਿਰੋਧ ਵੀ ਦਰਜ ਕਰਾਇਆ ਅਤੇ ਅਕਾਲ ਤਖਤ ਦੀ ਤਾਬਿਆ ਆ ਕੇ ਉਹਨੇ ਮਹਿਸੂਸ ਵੀ ਕੀਤਾ ਕਿ ਮੈਂ ਇੱਥੇ ਆ ਕੇ ਵੱਡਾ ਹੋਇਆ। ਸੋ ਬਾਕੀ ਲੀਡਰ ਸਹਿਮਾਨ ਵੀ ਜਿਹੜੇ ਆ ਪੁਰਾਣੇ ਆਪਣੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਪਈਆਂ ਗੋਰਿਆਂ ਵੇਲੇ
ਉਹ ਪਰੰਪਰਾ ਕੀ ਸੀ ਕਿ ਜਦੋਂ 1920 ਦੇ ਵਿੱਚ ਐਕਟ ਬਣਿਆ ਉਸ ਵੇਲੇ ਵੀ ਸਰਕਾਰ ਨੇ ਕਮੇਟੀ ਨੋਮੀਨੇਟ ਕਰਤੀ ਸੀ ਪਰ ਸਿੱਖ ਪੰਥ ਨੇ ਉਹਨੂੰ ਰੱਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਉਹ ਕਮੇਟੀ ਬਣਾਈ ਸੀ ਜਿਹੜੀ ਅੱਜ ਤੱਕ 102 ਸਾਲ ਦੀ ਚੱਲ ਰਹੀ ਹੈ ਅਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਅਕਾਲ ਤਖ਼ਤ ਦੇ ਹਰਿਆਣਾ ਦੇ ਸਿੱਖਾਂ ਨਾਲ ਸਾਡਾ ਕੋਈ ਵਿਵਾਦ ਨਹੀਂ ਨਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ਨਾਲ ਸਾਡਾ ਕੋਈ ਵਿਵਾਦ ਆ ਅਸੀਂ ਤਾਂ ਕੇਵਲ ਸਿਧਾਂਤਕ ਕਰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਕੋਝਾ ਯਤਨ ਸਰਕਾਰ ਕਰ ਰਹੀ ਆ ਉਹ ਅੱਜ ਸਰਕਾਰ ਦਾ ਜਿਹੜੀ ਮਨਸ਼ਾ ਸੀ ਉਹ ਅੱਜ ਸਾਫ਼ ਸਾਫ਼ ਜਿਹੜੀ ਸਾਹਮਣੇ ਦਿੱਤ ਵਿੱਚ ਝਲਕ ਪਈ ਆ ਸੋ ਸਾਰੀ ਸਮੁੱਚੀ ਸੰਗਤ ਨੂੰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਆ ਅਸੀਂ ਪਹਿਲਾਂ ਵੀ ਆਪਣੀ ਕਾਨੂੰਨੀ ਲੜਾਈ ਵੀ ਅਤੇ ਦੂਸਰੀ ਵੀ ਲੜਾਈ ਜਿਹੜੀ ਅਸੀਂ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਅੱਜ ਇਹ ਗੱਲ ਜਿਹੜੀ ਆ ਇਹ ਗੱਲ ਪ੍ਰੂਵ ਹੋ ਗਈ ਆ ਕਿ ਰੋਜ਼ ਇਹ ਕਹਿਣ ਵਾਲੇ ਵੀ ਅਸੀਂ ਸਿੱਖਾਂ ਦੇ ਮਸਲਿਆਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਅੱਜ ਤਾਂ ਇਹ ਫਲੋਰ ਆਫ ਦਾ ਹਾਊਸ ਡੀ ਸੀ ਆਫਿਸ ਦੇ ਵਿੱਚ ਜੋ ਕੁਛ ਹੋਇਆ ਇਦੋਂ ਵੱਧ ਹੁਣ ਪ੍ਰਮਾਣ ਦੀ ਲੋੜ ਨਹੀਂ ਸੋ ਹਰਿਆਣੇ ਦੇ ਸਿੱਖਾਂ ਨੂੰ ਅੱਜ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪਾਂ ਸਰਕਾਰ ਦੀ ਕਮੇਟੀ ਤੋਂ ਮੁਕਤ ਹੋਈਏ ਕਿਉਂਕਿ ਸਾਡੀ ਆਪੋ ਵਿੱਚ ਹੀ ਭਰਾਵਾਂ ਦੀ ਜਿਹੜੀ ਆਪੋ ਵਿੱਚ ਹੀ ਇਹ ਭਰਾ ਮਾਰੂ ਜੰਗ ਕਰਵਾ ਰਹੇ ਇਹ ਤੋਂ ਬਚੀਏ ਅਕਾਲ ਤਖ਼ਤ ਦੀ ਤਾਬਿਆ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ ਲਗਾਤਾਰ ਪਿਛਲੇ ਸਮੇਂ ਤੋਂ ਦੇਖਿਆ ਜਾ ਰਿਹਾ ਵੀ ਜਦੋਂ ਤੁਸੀਂ ਪ੍ਰਧਾਨ ਰਹੇ ਹੋ ਦੂਸਰੀ ਵਾਰੀ ਆਏ ਹੋ ਇੱਕ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਿੱਖ ਪੰਥ ਨੂੰ ਪਾੜ ਦਿੱਤਾ ਜਾਵੇ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ ਅੱਜ ਸਿੱਧੇ ਤੌਰ ਤੇ ਇਲੈਕਸ਼ਨ ਕਰਤੇ ਕੀ ਔਰ ਬਾਰ ਬਾਰ ਤੁਹਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਬਾਰ ਬਾਰ ਤੁਹਾਡੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕੀ ਲੱਗਦਾ ਇੱਦਾਂ ਦੀਆਂ ਉੱਜੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਇਹਦੇ ਨਾਲ ਸਿੱਖ ਪੰਥ ਨੂੰ ਪਾੜਿਆ ਜਾ ਸਕਦਾ ਦੇਖੋ ਇਹ ਯਤਨ ਜਿਹੜਾ ਇਹਨਾਂ ਦਾ ਲੰਬੇ ਅਰਸੇ ਦਾ ਚੱਲ ਰਿਹਾ ਪਹਿਲਾਂ ਕਾਂਗਰਸ ਐਵੇਂ ਦਖਲਅੰਦਾਜ਼ੀ ਕਰਦੀ ਸੀ ਹੁਣ ਜਿੱਦਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਆ ਉਹ ਸਾਫ਼ ਸਾਫ਼ ਦਿਖਦਾ ਸੀ ਵੀ ਉਹ ਜਿਹੜੀ ਚੋਣ ਆ ਉਹਦੇ ਪਿੱਛੇ ਮਨਸਾ ਕੀ ਸੀ ਅਤੇ ਉਹਦੇ ਪਿੱਛੇ ਕੌਣ ਸੀ ਉਹ ਕਿਉਂਕਿ ਮੈਂ ਆਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਉਹ ਮੇਰੇ ਸਾਹਮਣੇ ਸਾਰਾ ਕੁਛ ਹੋਇਆ ਉਹ ਤੋਂ ਬਾਅਦ ਜੇ ਨਾਨਕ ਮਤੇ ਦੀ ਮੈਂ ਗੱਲ ਕਰ ਲਵਾਂ ਅਤੇ ਮੈਂ ਨਹੀਂ ਕਹਿੰਦਾ ਉੱਥੇ ਯੂਪੀ ਦੇ ਪਿਛਲੇ ਦਿਨ ਸਾਡੇ ਕੋਲ 150 ਬੰਦਾ ਇਕੱਠਾ ਹੋ ਕੇ ਆਇਆ ਸੀ ਉਹਨਾਂ ਨੇ ਵੀ ਸਿੱਧਾ ਕਿਹਾ ਵੀ ਜਿਹੜਾ ਉੱਥੇ ਜਨਰਲ ਸਕੱਤਰ ਬਣਾਇਆ ਉਹ RSS ਦੇ ਨਾਲ ਸੰਬੰਧਿਤ ਹੈ ਅੱਜ ਹਰਿਆਣਾ ਕਮੇਟੀ ਬਣਾ ਕੇ ਤਾਂ ਅੱਜ ਪ੍ਰੂਵ ਇਹ ਹੋ ਗਿਆ ਕਿ ਬਿਲਕੁਲ ਸਰਕਾਰ ਜਿਹੜੀ ਆ ਸਿੱਖਾਂ ਦੇ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੀ ਆ ਇਹੀਓ ਕਾਰਨ ਆ ਕਿ ਹਜ਼ੂਰ ਸਾਹਿਬ ਦੇ ਵਿੱਚ ਬਣੀ ਬਣਾਈ ਕਮੇਟੀ ਨੂੰ ਭੰਗ ਕਰਕੇ ਉਹਨੂੰ ਉੱਥੇ ਐਡਮਿਨਿਸਟ੍ਰੇਟਰ ਲਾ ਦਿੱਤਾ ਇਸੇ ਤਰਜ਼ 'ਤੇ ਯਤਨ ਜਾਰੀ ਆ ਕਿ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਆ ਤਖ਼ਤ ਸਿਆਹ ਪਵਿੱਤਰ ਦੋਨੋਂ ਹੀ ਸਾਡੇ ਸਿੱਖ ਪੰਥ ਦੇ ਉਹਨਾਂ ਦੇ ਵਿੱਚ ਵੀ ਦਖਲਅੰਦਾਜ਼ੀ ਵੱਡੇ ਪੱਧਰ 'ਤੇ ਨਹੀਂ ਸਿੱਧੀ ਦਖਲਅੰਦਾਜ਼ੀ ਆ ਅਤੇ ਉਹੋ ਹੀ ਦਖਲਅੰਦਾਜ਼ੀ ਅੱਜ ਸਿੱਧੇ ਤੌਰ 'ਤੇ ਪ੍ਰੂਵ ਹੋ ਗਈ ਆ ਅਤੇ ਮੈਂ ਪਹਿਲਾਂ ਵੀ ਕਹਿੰਦਾ ਸੀ ਇਹ ਗਾਂਹ ਪੰਜਾਬ ਵੱਲੋਂ ਵੀ ਦੌੜਿਓ ਆ ਔਰ ਇਹ ਮਨਸ਼ਾ ਸਿੱਖ ਪੰਥ ਨੇ ਕਦੇ ਵੀ ਪੂਰੀ ਨਹੀਂ ਹੋਣ ਦਿੱਤੀ ਸੋ ਮੈਂ ਸਮਝਦਾ ਹੁਣ ਕੋਈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਉਹ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸੀ ਸਾਲ ਪਹਿਲਾਂ ਉਹ ਗੱਲਾਂ ਅੱਜ ਜਿਹੜੀਆਂ ਉਹ ਸਾਰੀਆਂ ਪ੍ਰੂਵ ਹੋ ਚੁੱਕੀਆਂ